ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਪ੍ਰੋਗਰਾਮ ਪੰਜਾਬ ਨਾਓ 'ਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ 'ਚ ਕੁਝ ਤਾਜ਼ਾ ਤਰੀਨ ਖਬਰਾਂ ਲਵਾਂਗੇ। ਕੋਸ਼ਿਸ਼ ਰਹੇਗੀ ਕਿ ਉਹਨਾਂ ਖਬਰਾਂ ਦੀਆਂ ਸੁਰਖੀਆਂ ਤੱਕ ਤੁਹਾਨੂੰ ਮਹਿਦੂਦ ਨਾ ਰਹਿਣ ਦਿੱਤਾ ਜਾਵੇ, ਬਲਕਿ ਖਬਰ ਦੇ ਆਰ ਪਾਰ ਜਾ ਕੇ ਖਬਰ ਦੀ ਖਬਰ ਵੀ ਲਈ ਜਾਵੇ ਔਰ ਹਕੀਕਤ ਅਤੇ ਸੱਚ ਖੋਲ੍ਹ ਕੇ ਤੁਹਾਡੇ ਅੱਗੇ ਰੱਖਿਆ ਜਾਵੇ। ਔਰ ਇਸ ਕੋਸ਼ਿਸ਼ 'ਚ ਬਾਕਾਇਦਾ ਮੇਰੇ ਨਾਲ ਸਟੂਡੀਓ 'ਚ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ, ਔਰ ਅੱਜ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਜੀ। ਨੌਲੀ ਸਾਹਿਬ ਜੀ, ਐਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਔਰ ਸ਼ੁਰੂਆਤ ਨੌਲੀ ਸਾਹਿਬ ਆਪਾਂ ਪੰਜਾਬ ਦੀ ਸਿਆਸਤ ਤੋਂ ਕਰਦੇ ਹਾਂ, ਕਿਉਂਕਿ ਬੜੀ ਉਥਲ ਪੁਥਲ ਚੱਲਦੀ ਪਈ ਹੈ 2019 ਦੀਆਂ ਚੋਣਾਂ ਨੂੰ ਲੈ ਕੇ। ਪਾਰਟੀਆਂ ਦੇ ਵਿੱਚ ਟੁੱਟ ਭੱਜ ਬਹੁਤ ਵੱਡੇ ਪੱਧਰ 'ਤੇ ਚੱਲਦੀ ਪਈ ਹੈ। ਇਸ ਟੁੱਟ ਭੱਜ ਤੋਂ ਬਾਅਦ ਜੇ ਅਸੀਂ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ ਅਕਾਲੀ ਦਲ ਟਕਸਾਲੀ ਦੀ ਹੋਂਦ ਮੰਨਣ ਨੂੰ ਤਿਆਰ ਨਹੀਂ ਸੀਗਾ, ਜਿਹੜੇ ਸੁਖਬੀਰ ਬਾਦਲ ਕਹਿੰਦੇ ਸੀਗੇ ਉਹ ਤਾਂ ਭਾਈ ਨਕਾਰੇ ਹੋਏ ਲੀਡਰ ਹੈ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੇ ਜਾਣ ਨਾਲ, ਅਕਾਲੀ ਦਲ ਉੱਥੇ ਖੜ੍ਹਾ, ਉਸੇ ਅਕਾਲੀ ਦਲ ਨੂੰ ਹੁਣ ਇਹ ਵੀ ਤੌਖਲਾ ਸਤਾਉਣ ਲੱਗ ਪਿਆ ਕਿ ਭਾਰਤੀ ਜਨਤਾ ਪਾਰਟੀ ਕਿਤੇ ਇੱਦਾਂ ਨਾ ਕਰੇ ਕਿ ਸਾਡੇ ਨਾਲ ਤੋੜ ਵਿਛੋੜੇ ਕਰਕੇ ਉਸ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਕਰ ਲਵੇ ਅਤੇ ਅਸੀਂ ਦੇਖਦੇ ਰਹਿ ਜਾਈਏ ਅਤੇ ਸਾਡੇ ਲਈ ਸਿਆਸੀ ਜ਼ਮੀਨ ਪੰਜਾਬ ਦੀ ਬਹੁਤ ਛੋਟੀ ਪੈ ਜਾਵੇ। ਜੀ ਬਿਲਕੁਲ, ਗੱਲ ਜਸਵੀਰ ਜੀ ਠੀਕ ਕਹੀ ਹੈ ਤੁਸੀਂ। ਜਿਹੜੀ ਪੰਜਾਬ ਦੀ ਸਿਆਸਤ ਹੈ ਜੀ, ਉਹਨੇ ਸਦਾ ਹੀ ਪੰਥਕ ਸਿਆਸਤ ਦੇ ਦੁਆਲੇ ਘੁੰਮਣਾ ਜੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈਗੇ ਚਾਹੇ ਹੋਰ ਧੜੇ ਆ, ਪੰਜਾਬ ਦੇ ਵਿੱਚ ਪੰਥਕ ਦੀ ਪੰਥਕ ਸਿਆਸਤ ਨੂੰ ਤੁਸੀਂ ਮਨਫੀ ਕਰਕੇ ਨਹੀਂ ਦੇਖ ਸਕਦੇ ਜੀ। ਹੁਣ ਇਹ ਗੱਲ ਵੱਖਰੀ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੀ ਪੰਥਕ ਪਛਾਣ ਆ ਉਹਨੂੰ ਜਿੰਨਾ ਚਿਰ ਸੱਤਾ 'ਚ ਰਿਹਾ, ਖਾਸ ਕਰਕੇ ਜਦੋਂ ਵਿਦਵੀ ਕਾਂਡ ਹੁੰਦਾ ਜੀ, ਉਦੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹ ਬੜੀਆਂ ਤੇਜ਼ੀ ਨਾਲ ਇਹਨਾਂ ਦੀ ਪੰਥਕ ਪਛਾਣ ਨੂੰ ਢਾਲ ਗਈ। ਅੱਵਲ ਤਾਂ ਜਸਵੀਰ ਜੀ ਉਦੋਂ ਹੀ ਢਾਹ ਲੱਗ ਗਈ ਸੀ ਪੰਥਕ ਪਛਾਣ ਨੂੰ, ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਵੀ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਨੇ, ਪੰਜਾਬੀ ਪਾਰਟੀ ਬਣ ਗਈ, ਪੰਜਾਬੀ ਪਾਰਟੀ, ਸਾਰੇ ਪੰਜਾਬ ਦੇ ਮੋਗਾ ਕਾਨਫਰੰਸ ਦੇ ਵਿੱਚ ਉਹਨਾਂ ਨੇ 1995 ਦੇ ਵਿੱਚ ਇਹ ਗੱਲ ਕਹਿ ਦਿੱਤੀ। ਉਹ ਹੌਲੀ 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 ਜਿਹੜੀ ਯਾਨੀ ਕਿ ਗੱਲ ਉਹਨਾਂ ਨੇ ਸਥਾਪਿਤ ਕਰਨੀ ਸੀ ਉਹ ਢਾਹ ਲੱਗ ਗਈ ਇਹਨਾਂ ਨੂੰ, ਅਤੇ ਸਭ ਤੋਂ ਵੱਡਾ ਇਹਨਾਂ ਦਾ ਫੈਸਲਾ ਉਦੋਂ ਹੋਇਆ ਜਦੋਂ ਇਹਨਾਂ ਨੇ ਅੰਮ੍ਰਿਤਸਰ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣਾ ਦਫ਼ਤਰ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਚੱਕ ਕੇ ਚੰਡੀਗੜ੍ਹ ਲੈ ਗਏ ਸੀ। ਬਿਲਕੁਲ, ਆਪਣੇ ਸੱਤਾ ਦੁਆਲੇ ਯਾਨੀ ਕਿ ਰੱਖਿਆ ਕਿ ਜਿਹੜੀ ਧਾਰਮਿਕ ਪਛਾਣ ਸੀ ਜਿਹੜਾ ਕੇਂਦਰ ਸੀਗਾ ਸਿੱਖੀ ਦਾ, ਉੱਥੋਂ ਵੀ ਇਹਨਾਂ ਨੇ ਆਪਣਾ ਜਿਹੜਾ ਨਾਤਾ ਤੋੜ ਲਿਆ ਸੀ। ਉਹਨੂੰ ਤਾਂ ਧਾਰਮਿਕ ਪਛਾਣ ਨੂੰ ਤਾਂ ਇਹਨਾਂ ਨੇ ਹੁਕਮ ਦੇ ਜੱਕੇ ਵਾਂਗੂ ਰੱਖਿਆ ਕਿ ਜਦੋਂ ਲੋੜ ਪਈ ਉਦੋਂ ਕੱਢ ਦੇਵਾਂਗੇ, ਨਹੀਂ ਹੋਏਗਾ ਤਾਂ ਕੋਈ ਗੱਲ ਨਹੀਂ, ਲੁਕੋ ਕੇ ਰੱਖ ਲਓ, ਬਿਲਕੁਲ ਆਪਣੇ ਕੋਲ ਸੇਫ ਰੱਖੋ। ਹੁਣ ਜਿਹੜੀ ਗੱਲ ਦੇਖੋ ਇਹਨਾਂ ਨੂੰ ਚੁੱਭ ਰਹੀ ਆ ਵੀ ਸ਼੍ਰੋਮਣੀ ਯਾਨੀ ਕਿ ਬੀਜੇਪੀ ਜਿਹੜੀ ਹੈਗੀ ਆ ਉਹ ਵਿੱਚ ਦਖਲ ਅੰਦਾਜ਼ੀ ਸਾਡੇ ਕਰ ਰਹੀ ਆ, ਹੁਣ ਇਹਨਾਂ ਨੂੰ ਮਹਿਸੂਸ ਹੋਣ ਲੱਗ ਪਿਆ। ਉਹ ਦੇਖੋ ਵੀ ਭਾਜਪਾ ਦੀ ਸੈਂਟਰ ਲੀਡਰਸ਼ਿਪ ਨੇ ਅਕਾਲੀ ਦਲ ਨੂੰ ਭਿਣਕ ਨਹੀਂ ਪੈਣ ਦਿੱਤੀ ਜਦੋਂ ਉਹਨਾਂ ਨੇ ਚੁੱਪ ਚਾਪ ਸੁਖਦੇਵ ਸਿੰਘ ਢੀਂਡਸਾ ਨੂੰ ਜੀ ਅਤੇ ਐੱਚ ਐੱਸ ਫੂਲਕਾ ਨੂੰ ਪਦਮ ਸ਼੍ਰੀ ਸਨਮਾਨਾਂ ਲਈ ਯਾਨੀ ਕਿ ਨੋਮੀਨੇਟ ਕਰ ਲਿਆ ਜੀ। ਇੱਕ ਵੱਡਾ ਯਾਨੀ ਕਿ ਮੋੜ ਹੈਗਾ ਇਹ, ਇਹ ਇੱਥੋਂ ਹੀ ਉਹਨਾਂ ਨੂੰ ਯਾਨੀ ਕਿ ਡਰ ਸਤਾਉਣ ਲੱਗਾ ਸੀਗਾ ਵੀ ਹੋ ਕੀ ਰਿਹਾ। ਜਿਹੜੀ ਭਾਜਪਾ ਅਕਾਲੀ ਦਲ ਦੇ ਬਿਨਾਂ ਕੋਈ ਗੱਲ ਪੈਰ ਨਹੀਂ ਸੀ ਪੁੱਟਦੀ ਜੀ, ਐਡਾ ਵੱਡਾ ਫੈਸਲਾ ਉਹਨੇ ਉਹਨਾਂ ਬੰਦਿਆਂ ਬਾਰੇ ਕੀਤਾ ਜਿਹੜੇ ਅਕਾਲੀ ਦਲ ਦੇ ਵਿਰੋਧੀ, ਹਾਂ ਵਿਰੁੱਧ ਵੀ ਆ ਉਹਨਾਂ ਦੀ, ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੈਲੰਜ ਕਰਦੇ ਹੋ ਜੀ, ਔਰ ਕਹਿੰਦੇ ਆ ਵੀ ਤੂੰ ਪਹਿਲਾਂ ਵੀ ਹੋ, ਕਿਉਂਕਿ ਪਾਰਟੀ ਅੱਜ ਤੱਕ ਇਸ ਨੀਵੇਂ ਪਾਏਦਾਨ ਤੱਕ ਨਹੀਂ ਸੀ ਪਹੁੰਚੀ ਜਿੱਥੇ ਤੱਕ ਉਹ ਲੈ, ਕਿਉਂਕਿ ਫੂਲਕਾ ਸਾਹਿਬ ਵੀ ਕਹਿੰਦੇ ਆ ਕਿ ਮੈਂ ਹੁਣ ਇੱਕ ਨਵਾਂ ਸੰਘਰਸ਼ ਵਿੱਢਣਾ ਜਿੱਥੇ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਆ ਉਹ ਇਹਨਾਂ ਦੇ ਮੱਕੜ ਜਾਲ ਦੇ ਵਿੱਚੋਂ ਛੁਡਵਾਉਣਾ, ਜਿਹੜੇ ਸਿਆਸੀ ਲੋਕ ਆ ਉਹਨਾਂ ਦੇ ਮੱਕੜ ਜਾਲ ਤੋਂ ਆਜ਼ਾਦ ਕਰਵਾਉਣਾ। ਜਿਹੜੀ ਤੁਸੀਂ ਦੇਖੋ ਜੇ ਇਤਿਹਾਸ ਵੱਲ ਵੀ ਝਾਤੀ ਮਾਰੋ, ਜਿਹੜਾ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਜਦੋਂ ਹੁੰਦੀ ਆ ਉਹ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਹੁੰਦੀ ਜੀ, ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਆਉਣ ਲਈ ਉਹ ਸੰਘਰਸ਼ ਵਿੱਢਦੀ ਆ। ਸ਼੍ਰੋਮਣੀ ਅਕਾਲੀ ਦਲ ਇੱਕ ਮਹੀਨੇ ਬਾਅਦ ਉਦੋਂ ਹੋਂਦ ਵਿੱਚ ਆਉਂਦਾ 1920 ਵਿੱਚ, ਯਾਨੀ ਕਿ ਸ਼੍ਰੋਮਣੀ ਕਮੇਟੀ ਜ਼ਿਆਦਾ ਸਿੱਖਾਂ ਦੇ ਵਿੱਚ ਪੰਥਕਾਂ ਲੈਣ ਕਿ ਜ਼ਿਆਦਾ ਇੰਪੋਰਟੈਂਟ ਸੰਸਥਾ ਹੈਗੀ ਆ ਜੀ, ਪਰ ਹੁਣ ਉਹਦਾ ਸਿਆਸੀਕਰਨ ਇੰਨਾ ਹੋ ਚੁੱਕਾ ਕਿ ਹੁਣ ਉਹਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਕਾਸ਼ ਸਿੰਘ ਬਾਦਲ ਹੋਵੇ ਚਾਹੇ ਹੁਣ ਸੁਖਬੀਰ ਸਿੰਘ ਬਾਦਲ ਹੋਣ, ਉਹਨਾਂ ਦੇ ਲਿਫਾਫੇ 'ਚੋਂ ਨਿਕਲਦਾ। ਇੱਥੋਂ ਤੱਕ ਕਿ ਜੇ ਮੈਨੇਜਰ ਦੀ ਬਦਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਰ ਦਿੰਦੇ ਆ ਅਤੇ
10 ਘੰਟੇ ਬਾਅਦ ਉਹਨਾਂ ਦੀਆਂ ਬਦਲੀਆਂ ਉੱਥੇ ਹੀ ਹੋ ਜਾਂਦੀਆਂ ਕਿਉਂਕਿ ਫਿਰ ਸੁਖਬੀਰ ਦਾ ਹੁਕਮ ਆ ਜਾਂਦਾ ਜੀ। ਇੰਨਾ ਯਾਨੀ ਕਿ ਰਾਜਨੀਤੀਕਰਨ ਜਿਹੜਾ ਹੋ ਚੁੱਕਾ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਵੱਡੇ ਜਿਹੜੇ ਅਹੁਦਿਆਂ ਤੇ ਬੈਠੇ ਆ ਉਹ ਫਿਰ ਆਪਣੇ ਪ੍ਰਧਾਨ ਵੱਲ ਨਹੀਂ ਦੇਖਦੇ, ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲ ਦੇਖਦੇ ਜੀ। ਹੁਣ ਜਿਹੜਾ ਇਹਨਾਂ ਨੂੰ ਡਰ ਸਤਾਉਣ ਲੱਗ ਪਿਆ, ਦੇਖੋ ਇਹ ਕਹਿੰਦੇ ਵੀ ਨੇਲੇ ਤੇ ਦਿਲਾ ਵਾਲੀ ਗੱਲ ਹੋਈ ਆ ਜੀ। ਪਹਿਲਾਂ ਸੁਖਬੀਰ ਬਾਦਲ ਭਾਜਪਾ ਨੂੰ ਖੁਰਾ ਲਾਉਣ ਲਈ ਇਹ ਕੰਮ ਕਰਦਾ ਰਿਹਾ ਜੀ। ਜਦੋਂ ਸੱਤਾ ਸੀਗਾ ਉਦੋਂ ਜਦੋਂ ਵੀ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਸੀ ਤੇ ਜਿਹੜੇ ਬਾਗੀ ਬੰਦੇ ਹੋ ਜਾਂਦੇ ਸੀ ਉਹਨਾਂ ਉਹ ਭਾਜਪਾ ਦੇ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਖੜ੍ਹੇ ਕਰਦਾ ਰਿਹਾ ਜੀ, ਤਾਂ ਕਿ ਆਪਣਾ ਬਹੁਮਤ ਅਸੀਂ ਸਾਬਤ ਕਰ ਸਕੀਏ, ਸ਼ਹਿਰਾਂ ਦੇ ਵਿੱਚੋਂ ਵੀ ਉਹ ਭਾਜਪਾ ਨੂੰ ਖਦੇੜਨ ਦਾ ਉਹਨਾਂ ਦਾ ਸਿਗਾ ਜੀ। ਪਰ ਉਹਦੇ ਵਿੱਚ ਚਲੋ ਉਹਨਾਂ ਨੇ ਰੌਲਾ ਰੱਪਾ ਪਾਇਆ ਅਤੇ ਉਹ ਗੱਲ ਠੱਪੀ ਦੇ ਜੀ। ਉਦੋਂ ਵੱਡੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜਿਹੜੀ ਗੱਲਬਾਤ ਸੀ ਉੱਪਰ ਅਟਲ ਬਿਹਾਰੀ ਵਾਜਪਾਈ ਦੀ ਜੋੜੀ ਦੇ ਨਾਲ ਸੀਗੀ, ਜਿਹੜੀ ਉਹਨਾਂ ਦੀ ਗੱਲ ਸੁਣਦੇ ਵੀ ਸੀ ਅਤੇ ਮੰਨਦੇ ਵੀ ਸੀ। ਹੁਣ ਉੱਥੇ ਵੀ ਹਾਲਾਤ ਚੇਂਜ ਹੋ ਗਏ ਜੀ। ਹੁਣ ਕਮਾਂਡ ਹੁਣ ਤਾਂ ਜਿਹੜੇ ਉੱਪਰ ਬੈਠੇ ਉਹ ਆਪਣਿਆਂ ਦੀ ਨਹੀਂ ਸੁਣਦੇ ਤੇ ਇਹਨਾਂ ਦੀ ਕਿੱਥੋਂ ਸੁਣਨਗੇ, ਇਹਨਾਂ ਦੀ ਕਿੱਥੇ। ਹੁਣ ਯਾਨੀ ਕਿ ਉਹ ਯਾਨੀ ਕਿ ਇੱਥੋਂ ਉਹਨਾਂ ਨੂੰ ਲੱਗਦਾ, ਦੇਖੋ ਜੇ ਤਾਂ ਆਪਾਂ ਪੋਲੀਟੀਕਲ ਦੇਖੀਏ ਤੇ ਭਾਜਪਾ ਨੂੰ ਪੰਜਾਬ ਦੇ ਵਿੱਚੋਂ ਕੋਈ ਬਹੁਤਾ ਫਾਇਦਾ ਹੁੰਦਾ ਨਹੀਂ ਕਿਉਂਕਿ ਉਹਨਾਂ ਦੇ ਹਿੱਸੇ ਦੀਆਂ 3 ਸੀਟਾਂ ਜੀ, ਅਤੇ 3 ਸੀਟਾਂ ਲਈ ਉਹ ਯਾਨੀ ਕਿ ਇਹਨਾਂ ਦੀ ਉਹ ਇੰਨੀ ਮੰਨੀ ਚਾਹੁੰਦੇ, ਯਾਨੀ ਕਿ ਉਹ ਚਾਹੁੰਦੇ ਵੀ ਅਸੀਂ ਪਹਿਲਾਂ ਇਹਨਾਂ ਦਾ ਹੱਥ ਉੱਪਰ ਹੁੰਦਾ ਸੀ, ਹੁਣ ਬਦਲੇ ਹਾਲਾਤਾਂ ਦੇ ਵਿੱਚ ਜਿਹੜੀ ਭਾਜਪਾ ਆ ਉਹ ਅਕਾਲੀ ਦਲ ਨੂੰ ਖਾਸ ਕਰਕੇ ਕੋਈ ਸੁਖਬੀਰ ਨਾਲ ਉਹਨਾਂ ਦੀ ਨਹੀਂ ਬਹੁਤੀ ਬਣਦੀ ਜੀ, ਇਹ ਥੱਲੇ ਵਰਕਰਾਂ ਤੱਕ ਵੀ ਮਹਿਸੂਸ ਕੀਤਾ ਜਾਂਦਾ। ਉਹ ਹੁਣ ਤੋੜ ਵਿਛੋੜਾ ਵੀ ਕਰਨ ਦੇ ਰੌਮ 'ਚ ਹੈਗੇ ਆ, ਉਹ ਬਦਲ ਵੀ ਲੱਭ ਰਿਹਾ, ਸਿੱਖ ਚਿਹਰਾ ਇੱਦਾਂ ਦਾ ਲੱਭ ਰਿਹਾ ਜਿਹੜਾ ਅਕਾਲੀ ਦਲ ਦਾ ਬਦਲ ਬਣ ਸਕੇ, ਔਰ ਉਹ ਟਕਸਾਲੀਆਂ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਬਹੁਤਾ ਨਜ਼ਰ ਆ ਰਿਹਾ, ਔਰ ਇਹੀ ਤੌਖਲਾ ਅਕਾਲੀ ਦਲ ਨੂੰ ਸਤਾ ਰਿਹਾ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਤਾ ਰਿਹਾ ਕਿ ਬਹੁਤ ਸਾਰੇ ਲੀਡਰਾਂ ਨੇ ਇਹ ਤੌਖਲਾ ਜ਼ਾਹਰ ਕੀਤਾ ਸੁਖਬੀਰ ਬਾਦਲ ਦੇ ਅੱਗੇ ਜਦੋਂ ਕੋਰ ਕਮੇਟੀ ਦੀ ਬੈਠਕ ਹੋਈ ਕਿ ਭਾਈ ਕਿਤੇ ਇੰਝ ਨਾ ਹੋਵੇ ਕਿ ਭਾਜਪਾ ਜਿਹਦੇ ਇਸ ਵੇਲੇ ਰੌਂ ਬਦਲੇ ਨਜ਼ਰ ਆ ਰਿਹਾ ਕਿਤੇ ਟਕਸਾਲੀਆਂ ਦੇ ਨਾਲ ਮਿਲ ਕੇ ਸਾਨੂੰ ਖੁੱਡੇ ਲਾਈਨ ਨਾ ਲਾ ਦੇਵੇ। ਸੋ ਇਹ ਬਹੁਤ ਵੱਡਾ ਤੌਖਲਾ ਆ। ਪਰ ਨੌਲੀ ਸਾਹਿਬ ਗੱਲ ਤਾਂ ਇਹ ਵੀ ਹੈ, ਸਵਾਲ ਇਹ ਵੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਬਾਗੀ ਸੁਨਾ ਚੱਕਦਾ ਆ, ਅਕਾਲੀ ਦਲ ਵੱਲੋਂ ਕਿਤੇ ਨਾ ਕਿਤੇ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਗੋਬਿੰਦ ਸਿੰਘ ਲੌਂਗੋਵਾਲ ਬਿਆਨਬਾਜ਼ੀ ਕਰਦਾ ਕਿ RSS ਸਾਡੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ, ਭਾਜਪਾ ਦਖਲ ਅੰਦਾਜ਼ੀ ਕਰ ਰਹੀ ਹੈ ਸਿੱਧੇ ਤੌਰ 'ਤੇ। ਅਤੇ ਹੁਣ ਜਦੋਂ ਉਹਦੇ ਤੋਂ ਬਾਅਦ ਮੀਟਿੰਗ ਹੁੰਦੀ ਹੈ ਸੁਖਬੀਰ ਬਾਦਲ ਦੀ ਅਮਿਤ ਸ਼ਾਹ ਦੇ ਨਾਲ, ਤਾਂ ਕਹਿੰਦੇ ਸਭ ਕੁਝ ਠੀਕ ਹੈ, ਆਲ ਇਜ਼ ਵੈਲ ਆ। ਅਤੇ ਉਸ ਦੇ ਬਾਵਜੂਦ ਰਾਸ਼ਟਰੀ ਸਿੱਖ ਸੰਗਤ ਹੁਣ ਕਹਿੰਦੀ ਹੈ ਕੋਈ ਗੱਲ ਨਹੀਂ ਤੁਸੀਂ ਜੋ ਮਰਜ਼ੀ ਕਰੀ, ਚਲੋ ਅਸੀਂ ਤਾਂ ਆਪਣੇ ਕੰਮ 'ਚ ਪੂਰੇ ਉਤਰਨਾ ਹੈ, ਉਹ RSS ਦੀ ਪਿੱਠ ਉਹਦੇ 'ਤੇ ਹੈਗੀ ਹੈ ਨਾਲ। ਅਤੇ ਉਹ ਕਹਿੰਦੇ ਹੁਣ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਿਹੜਾ 550 ਉਹ ਵੀ ਵੱਖਰੇ ਹੋ ਕੇ ਗੁਜਰਾਤ 'ਚ ਮਨਾ ਲਾਂਗੇ, ਕੋਈ ਗੱਲ ਨਹੀਂ। ਉਹਨਾਂ ਨੇ ਇਹ ਪਲਾਨ ਕੀਤਾ ਹੈਗਾ ਜਿਹੜਾ RSS ਦਾ ਹੈਗਾ ਵੀ ਜਿਹੜੀਆਂ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਸੀ ਹਿੰਦੁਸਤਾਨ ਦੇ ਵਿੱਚ ਵਿਚਰਦਿਆਂ ਹੋ, ਉਹ ਜਿੱਥੋਂ ਜਿੱਥੋਂ ਲੰਘੇ ਜੀ, ਇਹਨਾਂ ਦਾ ਹੈਗਾ ਵੀ ਉਹਨਾਂ ਉਦਾਸੀਆਂ ਵਾਲੇ ਥਾਵਾਂ 'ਤੇ ਜਿਹੜੇ ਮੌਜੂਦ ਨੇ ਸਥਾਨ ਜੀ ਉੱਥੇ ਸਮਾਗਮ ਵੱਡੇ ਕਰਵਾਏ ਜਾਣ। ਇਹ ਜੇ ਉਹ ਕਰਦੇ ਆ ਤਾਂ ਇਹ ਅਕਾਲੀ ਦਲ ਦੇ ਕੋਲੋਂ ਇੱਕ ਵੱਡਾ ਜਿਹੜਾ ਮੁੱਦਾ ਆ ਉਹ ਖੁੱਸ ਜਾਣਾ ਜੀ, ਜਿੱਥੇ ਇਹ ਆਪਣੀ ਯਾਨੀ ਕਿ ਆਪਣੀ ਧੌਂਸ ਰੱਖਣਾ ਚਾਹੁੰਦੇ ਆ। ਜਿਹੜੀ ਚਿੱਠੀ ਹੁਣ ਵੀ ਜਦੋਂ ਵਿਵਾਦ ਖੜਾ ਹੋਇਆ ਨੰਦੇੜ ਸਾਹਿਬ ਦੇ ਤਖ਼ਤ ਸਾਹਿਬ ਦਾ ਜੀ, ਉਦੋਂ ਵੀ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਸੀ ਜਸਵੀਰ ਜੀ ਉਹ 'ਚ ਬੜਾ ਸਪਸ਼ਟ ਲਿਖਿਆ, ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਇਹ ਨਹੀਂ ਵੀ ਤੁਸੀਂ ਸਿੱਖਾਂ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਜੀ, ਵੀ ਜਿਹੜਾ ਧਰਮ ਹੈਗਾ ਉਹ ਤੁਹਾਡਾ ਇਕੱਲਿਆਂ ਦਾ ਨਾਲ ਵਿੱਚ ਨਹੀਂ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਉਹ ਗਿਣਤੀ ਕਰੋੜਾਂ ਵਿੱਚ ਹੈਗੀ ਆ ਅਤੇ ਉਹ ਸਾਰੇ ਅਕਾਲੀ ਦਲ ਨਾਲ ਬੱਝੇ ਨਹੀਂ ਹੋਏ ਜੀ। ਅੱਛਾ ਜੀ, ਰਾਸ਼ਟਰੀ ਸਿੱਖ ਸੰਗਤ ਆਪਣਾ ਕਰ ਰਹੀ ਆ ਵੀ ਪ੍ਰਚਾਰ ਜਿਹੜਾ, ਉਹਦਾ ਕਾਰਨ ਇੱਕ ਇਹ ਵੀ ਆ ਕਿ ਇਹਨਾਂ ਦੇ ਉੱਪਰ ਇੱਕ ਹੁਕਮਨਾਮਾ ਲਾਗੂ ਹੋ ਗਿਆ ਸੀਗਾ RSS ਦੇ ਵਿਰੁੱਧ, ਜਦੋਂ ਇਹ ਆਪਣੇ ਯਾਤਰਾਵਾਂ ਲੈ ਕੇ ਆਉਣੀਆਂ ਸੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਹੁਕਮਨਾਮਾ ਜਾਰੀ ਕਰਤਾ ਵੀ ਇਹਨਾਂ ਨਾਲ ਕੋਈ ਵੀ ਸਿੱਖ ਜਿਹੜਾ ਜੀ ਉਹ ਵਾਸਤਾ ਨਾ ਰੱਖੇ, ਇਹਨਾਂ ਨਾਲ ਕੋਈ ਸਹਿਯੋਗ ਨਾ ਕਰੇ ਕਿਉਂਕਿ ਇਹ ਪੰਥ ਵਿਰੋਧੀ ਹੈ, ਉਹ ਬੜਾ ਸਖ਼ਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈਗਾ ਜੀ। ਅੱਛਾ, ਜਦੋਂ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੋਵੇ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਵੀ ਹੋਵੇ, ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਆਪ ਹੀ ਯਾਨੀ ਕਿ ਉਹ ਹੁਕਮਨਾਮੇ ਨੂੰ ਜੀ ਨਹੀਂ ਮੰਨ ਰਿਹਾ ਹੈਗਾ ਜੀ। ਅਤੇ ਹੁਣ ਯਾਨੀ ਕਿ ਹਾਲਾਤ ਇੱਦਾਂ ਦੇ ਬਣ ਗਏ ਆ, ਦੇਖੋ ਜਿਹੜੀ ਗੱਲ ਤੋਂ ਸ਼ੁਰੂ ਹੋਈ ਸੀ ਇਹ ਗੱਲ 2015 ਦਾ ਜਿਹੜਾ ਉੱਥੇ ਨੰਦੇੜ ਸਾਹਿਬ ਦੇ ਵਿੱਚ ਜਿਹੜੀ ਉਹਨੇ ਅਮੈਂਡਮੈਂਟ ਕੀਤੀ ਸੀ 1956 ਦੇ ਐਕਟ ਵਿੱਚ ਜੀ ਕਿ 6 ਮੈਂਬਰ ਉਹਨੇ ਹੋਰ ਲਾ ਲਿਆ ਅਤੇ ਜਿਹੜਾ ਪ੍ਰਧਾਨ ਦੀ ਚੋਣ ਸੀਗੀ ਉਹ ਸਰਕਾਰ ਕਰੇ, ਉਹ ਸਰਕਾਰ ਨੇ ਕਰਨ ਦੇ ਜੀ, ਉਹ
मतलब ना चंदू माजरे प्रधान सिख मानते ना भूंदड़ होर सिख मानते भाजपा वाले दो मैंबर उन्होंने कहा भी जिहड़े सिख एमपी होणगे जी ओह होणगे विच मतलब सीधे तौर पर कहा जा सकता कि कितने ना कितने दाल दे विच तो कुछ काला है या परिस्थितियां जिहड़ियां वो बड़ियां विचित्र बनदियां पईयां पर मैनूं लगदा एक नुक्ता यह भी है नौली साहब विच जान बुझ के माहौल भखाउण दी नहीं कोशिश की जा रही आर एस एस अपने हथकंडे वरत रही है अकाली दल अपने हथकंडे वरत रहा तो दोबारा फिर पंजाब दे विच वो परिस्थिति पैदा करनी सिखां दे मन दे विच सोच पैदा करनी कि नहीं आर एस एस तो सिख पंथ नूं खतरा आ ते जे सिख पंथ नूं बचाउणा ते फिर अकाली दल बादल दे नाल खड़ना पैगा ये देखो ये हुण गल्लां जिहड़ी कि समय बीत चुका वो लंघ गईआं जी लोग हुण सियाणे हो गए उन्होंने पता भी अकाली दल ने जिहड़ी सांझ आ वो आर एस एस ना किन्ने साल ते किन्नी गूड़ी वो पाई रखी जी हुण जदों इन्हां दी सियासी जमीन ही थल्लों खिसक गई है हुण तां वो तलाश रहे ना जी वो तलाशन लई मुद्दे लभ रहे आ ते वो मुद्दा कोई बण नहीं रहा सब तो वड्डी गल तां इह आ वी मुद्दा ही नहीं बण रहा जिहड़ा इह क्रिएट करने की कोशिश की जा रही है जो सिरसा ने तिखे बयानबाजी की है वो हुण कल्ले तो उन्हें की नहीं वो बारे यही कहा जाता भी पिछों इन्हों शायद सुखबीर बादल होना दी फिर दूजी टेक्निकल गल देखो वो कहें भी सरकार दखलअंदाजी कर रही है भी भाजपा का वो एम पी विधायक हो भाजपा की सरकार उत्थे हो अपनी सरकार कह रहा हो बिल्कुल क्योंकि राष्ट्रीय सिख संगत ने भी जी चिट्ठी लिखी थी वो बकायदा मैनशन भी किया कि जे सिरसा साहब नूं एड्डी दिक्कत है भाजपा तो या सरकार की दखलअंदाजी तो वह कहते पहले भाजपा के विधायक के अहदे तो अस्तीफा देन बाकी गल्लां बाद च करन सो परिस्थितियां इस वेले क्योंकि 2019 सिर ते आण खड़ा लोक सभा दीआं चोणां जिहड़ियां और उन्हूं लैके सारियां सियासी पार्टियां आपो अपने तरीके दे मुद्दे पैदा करन दी कोशिश कर रही ने मुद्दे भखाउण दी कोशिश कर रही ने या दूसरे पार्टी के मुद्दों जिन्हां दे आधार ते उन्हूं कितें वोट मिलदा उन्हूं अपने पक्ष दे विच करन दी कोशिश कर रही सारिया पार्टियां दा उपराला इस समय चलता पिया आ एक किसी एक पार्टी का नहीं आ और 19 तक जांदिया जांदिया इंज ही होएगा कि लोग मुद्दे कितने अलोप हुए नज़र आएंगे तो इदा के घड़े घड़ाए मुद्दे जोड़े आ चोणों के सिखर से खड़े आने जे लोगों ने इन सियासी पार्टिया दाल इन जुमलियां चंगे तरीके ना समझा तो उन्हों का जवाब ना दिता। फिलहाल अगली खबर के उत्ते झात पा लीने नौली साहब कैप्टन साहब बड़े दयाल हो गए उन्होंने डीए की किश्त जारी कर दी है 16% मुलाजमान देनी सी लगभग 3.25 लाख जिहड़े मुलाजम ने 3 लाख जिहड़े पेंशनर ने डीए तो उन्हों का 16% बनता सी वो कहिंदे 6% दे के असी काम टरकाता फरवरी तक मिल जाएगी नाल दी नाल ये भी फैसला ले लिया गया कि हुण जिहड़े विधायक होणगे उन्हां नूं 1 जनवरी नूं अपनी पूरी पूरी आमदन का एक एफिडेविट जमा करवाउणा पैगा उन्हां दे कोल। बिल्कुल जी कैबिनेट ने जिहड़े फैसले कीते आ देखो पंजाब दी आर्थिक हालत बहुत डामाडोल है जी जो ये मर्जी लुकोई जाण ते जिहड़े मर्जी अंकड़े पेश करी जाण वो असलीयत दे नाल मेल नहीं खांदे। नहीं मनप्रीत बादल साहब ने तो बयान देता ही कहिंदे अजकी बजट भी बहुत वधिया होएगा बहुत कुछ मिलेगा खजाना भर गया हुण। हाँ जी तुसीं देखो भी ये सारियां गल्लां कहण दीआं हुंदीआं ने क्योंकि पोलीटिकली तुसीं लोकां दा जिहड़ा हौसला आ वो गली बत्ती बना के रखना हुंदा जी असलीयत हो रहा जाने कि पंजाब बहुत आर्थिक तौर पर डामाडोल हो चुका है इन्हां कोलों होर तो होर की तो जो सफाई मुलाजम है जो दर्जा 4 है जिन्हों को होर काम नहीं जी उन्होंने तनखाह देने जोगे नहीं पैसे होंगे उन्होंने कई बार स्ट्राइक पर बैठना पैंता कई बार इतने जलंधर के गल् हो चुकी कि उन्होंने कई कई दिन वो कूड़ा नहीं चुकते जी जलंधर के जोड़े टिप्पर आ उन्होंने कूड़ा चुकने वाले वो नहीं चलते क्योंकि तेल नहीं होंगे जी ये गल मेयर ऑन रिकॉर्ड बन चुका हालत जो इदा दई हो अपने दर्जा 4 मुलाजमान ही तनखा नहीं देते
ਉਦੋਂ ਜਦੋਂ ਵਿਧਾਇਕਾਂ ਨੇ ਵੀ ਕਿਹਾ ਸੀ ਕਹਿੰਦੇ ਸਾਡੀ ਤਨਖਾਹ ਪਾਵਾਂ ਲੇਟ ਹੋ ਜਾਵੇ ਜੀ, ਪਰ ਇਹਨਾਂ ਦੇ ਪੈਸੇ ਜ਼ਰੂਰ ਆਉਣੇ ਚਾਹੀਦੇ। ਪਰ ਉਹ ਕਹਿਣ ਦੀਆਂ ਗੱਲਾਂ ਨੇ, ਵਿਧਾਇਕਾਂ ਦੀ ਨਾ ਤਾਂ ਕਦੇ ਤਨਖਾਹ ਰੁਕੀ ਹੈ ਬਿਲਕੁਲ, ਅਤੇ ਨਾ ਕਦੇ ਪੈਨਸ਼ਨ ਲੇਟ ਹੋਈ, ਜਿਹੜੇ ਪੈਨਸ਼ਨ ਨੇ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਲੇਟ ਹੁੰਦੀਆਂ ਰਹੀਆਂ, ਅਤੇ ਜਿਹੜੇ ਬਜ਼ੁਰਗਾਂ ਨੂੰ 250-500 ਰੁਪਈਆ ਪੈਨਸ਼ਨ ਵੀ ਮਿਲਦੀ ਆ, ਉਹ ਵੀ 6-6 ਮਹੀਨੇ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ, ਲਾਈਨਾਂ 'ਚ ਲੱਗਣਾ ਪੈਂਦਾ ਜੀ। ਹਾਲਤ ਬਹੁਤ ਮਾੜੀ ਹੋਈ ਹੋਈ ਹੈ। ਜਿਹੜੇ ਹੁਣ ਇੱਕ ਫੈਸਲਾ ਇਹਦੇ ਵਿੱਚ ਕੀਤਾ ਕਿ ਉਹਨਾਂ ਨੇ ਜਾਂਚ ਬਿਊਰੋ ਜਿਹੜਾ ਵੱਖਰਾ ਕਰਨ ਦਾ ਕੀਤਾ, ਆਪਣੇ 4251 ਬੰਦੇ ਨਵੇਂ ਰੱਖਣੇ, ਇਹ ਜਿਹੜਾ ਫੈਸਲਾ ਆ ਇਹ ਸੁਪਰੀਮ ਕੋਰਟ ਨੇ 2014 'ਚ ਨਿਰਦੇਸ਼ ਦਿੱਤੇ ਸੀ ਜੀ, ਪੰਜਾਬ ਸਰਕਾਰ ਹੋਰ ਵੀ ਸੂਬਿਆਂ ਨੂੰ ਵੀ, ਕਿ ਪੁਲਿਸ ਦੇ ਉੱਤੇ ਕੰਮ ਦਾ ਜਿਹੜਾ ਬੋਝ ਬਹੁਤ ਆ, ਜਦੋਂ ਕਿਸੇ ਮਾਮਲੇ ਦੀ ਜਾਂਚ ਹੁੰਦੀ ਆ ਉਹ ਹੋਰ ਕੰਮ 'ਚ ਉਲਝੀ ਹੁੰਦੀ ਆ, ਵੀ ਜਾਂਚ ਵਾਸਤੇ ਜਿਹੜੇ ਬੰਦੇ ਆ ਉਹ ਸਪੈਸ਼ਲ ਭਰਤੀ ਕੀਤੇ ਜਾਣ ਜਿਹਨਾਂ ਦਾ ਕੰਮ ਹੀ ਇਹੋ ਜੀ। ਤਾਂ ਕਿ ਲੋਕਾਂ ਨੂੰ ਇੱਥੇ ਥੋੜ੍ਹੀ ਜਿਹੀ ਗੱਲ ਹੋਰ ਜੋੜ ਦੇਣਾ ਚਾਹੁੰਦਾ ਕਿ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਪੁਲਿਸ ਤੋਂ ਬੋਝ ਘਟਾਓ, ਅਤੇ ਹੁਣ ਮੇਰਾ ਖਿਆਲ ਬੋਝ ਨਹੀਂ ਘਟਾਇਆ ਜਾ ਰਿਹਾ, ਪੁਲਿਸ ਦੇ ਜਿਹੜੇ ਆਪਸ ਦੇ ਵਿਵਾਦ ਆ ਉਹਨਾਂ ਨੂੰ ਐਡਜਸਟ ਕਰਨ ਲਈ, ਜਿਵੇਂ ਮੁਹੰਮਦ ਮੁਸਤਫਾ ਹੋਰਾਂ ਨੇ ਥੋੜ੍ਹਾ ਜਿਹਾ ਵਿਰੋਧ ਜਤਾਇਆ ਸੀਗਾ, ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਉੱਧਰ ਡੀ ਜੀ ਪੀ ਬਣਾ ਦੇ, ਤੁਸੀਂ ਦਿਨਕਰ ਗੁਪਤਾ ਨੂੰ ਰਿਪੋਰਟ ਨਹੀਂ ਕਰਨੀ, ਉਹਦੇ ਥੱਲੇ ਕੰਮ ਨਹੀਂ ਕਰਨਾ, ਕਿ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੋਣਗੇ ਉਹਨਾਂ ਦੇ ਅੰਡਰ ਨਹੀਂ ਹੋਣਗੇ, ਭਾਵੇਂ ਡੀ ਜੀ ਪੀ ਉਹ ਹੋਣਗੇ ਪਰ ਉਹਨਾਂ ਦੇ ਅੰਡਰ ਨਹੀਂ ਹੋਣਗੇ, ਵੱਖਰੇ ਡੀ ਜੀ ਪੀ ਬਣਾ ਦਿਓ ਉਹਨਾਂ ਨੂੰ, ਕਿਸੇ ਵਿਭਾਗ ਦਾ ਡੀ ਜੀ ਪੀ ਬਣਾ ਦਿਓ, ਕਿਸੇ ਵਿਭਾਗ ਦਾ ਡੀ ਜੀ ਪੀ ਬਣਾ ਦਿਓ। ਸੋ ਇਹ ਇੱਕ ਚੁਸਤ ਚਲਾਕੀਆਂ ਵਰਤਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤਾਂ ਦੇਖੋ ਜਦੋਂ ਜਿਹੜੇ ਹੁਣ ਸੁਰੇਸ਼ ਅਰੋੜਾ ਜੀ ਅਹੁਦੇ ਤੋਂ ਮੁਕਤ ਹੋਏ, ਉਹ ਜਦੋਂ ਵਾਰ ਵਾਰ ਕਦੇ ਤਾਂ ਪਹਿਲਾਂ ਉਹਨਾਂ ਦਾ ਮਹੀਨਾ ਮਹੀਨਾ ਕਾਰਜਕਾਲ ਵੱਧਦਾ ਰਿਹਾ ਜੀ, ਫਿਰ ਇਕੱਠਾ ਵਧਾ ਦਿੱਤਾ ਗਿਆ, ਤਿੰਨ ਵਾਰ ਐਕਸਟੈਂਸ਼ਨ ਦਿੱਤੀ, ਤਿੰਨ ਵਾਰੀ ਉਹਨਾਂ ਦਾ ਕਾਰਜਕਾਲ ਵਧਾਇਆ ਗਿਆ। ਇਹ ਇੱਥੇ ਵੀ ਸਵਾਲ ਪੈਦਾ ਹੁੰਦਾ ਕਿ ਤੁਹਾਡੇ ਕੋਲ ਕਾਬਲੇ ਦਾ ਮਤਲਬ ਬੰਦੇ ਨਹੀਂ ਹੈਗੇ ਜੀ, ਇਹ ਸਵਾਲ ਖੜਾ ਹੁੰਦਾ ਸੀ ਵੀ ਲੀਡਰਸ਼ਿਪ ਦੀ ਜਿਹੜੀ ਜਿਹੜੀ ਕੁਆਲਿਟੀ ਦੀ ਘਾਟ ਆ, ਜਾਂ ਅੰਦਰ ਧੜੇਬੰਦੀ ਇਹਦੀ ਤਿੱਖੀ ਹੋ ਚੁੱਕੀ ਆ ਵੀ ਤੁਸੀਂ ਉਹਨੂੰ ਆਪਣੀ ਆਪਣੇ ਹਿਸਾਬ ਨਾਲ ਵਰਤਣਾ ਚਾਹੁੰਦੇ ਜੀ। ਆਮ ਤੌਰ 'ਤੇ ਇਹ ਹੁੰਦਾ ਵੀ ਜਦੋਂ ਵੀ ਕਿਸੇ ਸੂਬੇ ਦੀ ਸਰਕਾਰ ਬਦਲਦੀ ਆ ਉਹ ਦੋ ਵੱਡੇ ਫੈਸਲੇ ਮੁੱਖ ਮੰਤਰੀ ਆਉਂਦੇ ਹੀ ਕਰ ਲੈਂਦਾ ਜੀ, ਇੱਕ ਚੀਫ ਸੈਕਟਰੀ ਬਦਲਦਾ, ਇੱਕ ਉਹ ਡੀ ਜੀ ਪੀ ਬਦਲਦਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਡੀ ਜੀ ਪੀ ਨੂੰ ਬਦਲਿਆ 2 ਸਾਲ ਨਹੀਂ ਉਹਨਾਂ ਨੇ ਜੀ, ਉਹਦੇ ਤੋਂ ਖੁਦ ਕਾਂਗਰਸੀ ਵਿਧਾਇਕ ਦਾ ਵਿਰੋਧ ਕਰਦੇ ਰਹੇ, ਉਹ ਵੀ ਵਿਰੋਧ ਕਰਦੇ, ਸਾਨੂੰ ਤਾਂ ਕਹਿੰਦੇ ਪਤਾ ਨਹੀਂ ਲੱਗਦਾ ਵੀ ਸਰਕਾਰ ਬਦਲੀ ਕਿ ਨਹੀਂ ਬਦਲੀ ਜੀ। ਅੱਛਾ, ਉਹਦਾ ਮਤਲਬ ਦੇਖੋ ਫਿਰ, ਜਦੋਂ ਤੁਸੀਂ ਉਹੀ ਸਿਸਟਮ ਨੂੰ ਰੱਖਿਆ ਹੋਇਆ, ਖਾਸ ਕਰਕੇ ਪੁਲਿਸ ਨੂੰ, ਪੁਲਿਸ ਦੀਆਂ ਜ਼ਿਆਦਤੀਆਂ ਦੀ ਲੋਕ ਅਕਸਰ ਗੱਲ ਕਰਦੇ ਆ ਵੀ ਸਾਡੇ ਨਾਲ ਧੱਕਾ ਹੋਇਆ, ਉਹ ਉੱਪਰੋਂ ਹੀ ਯਾਨੀ ਕਿ ਸਿਸਟਮ ਜਦੋਂ ਤੁਹਾਡਾ ਹੋਣਾ ਤਾਂ ਉਹੀ ਰਹਿ ਗਿਆ ਜਿਹੜਾ 10 ਸਾਲ ਲੋਕ ਝੱਲਦੇ ਆ ਰਹੇ ਜੀ, ਅਤੇ ਫਿਰ ਲੋਕਾਂ ਨੂੰ ਤਕਲੀਫ ਤਾਂ ਉਸ ਗੱਲ ਦੀ ਹੋਣੀ ਹੈ। ਇਹ ਗੱਲ ਤਾਂ ਦੱਸਣੀ ਚਾਹੀਦੀ ਸੀ ਵੀ ਉਹਦਾ ਉਹਨੂੰ ਬਣਾਈ ਰੱਖਣ ਦੇ ਵਿੱਚ ਤੁਹਾਡਾ ਇੰਟਰਸਟ ਕੀ ਸੀਗਾ ਜੀ। ਪਰ ਇੰਟਰਸਟ ਦੀ ਗੱਲ ਚੱਲੀ ਹੈ ਕਿ ਹੁਣ ਆ ਜਿਹੜੀ ਵਿਧਾਇਕਾਂ ਦੀ ਆਮਦਨ ਦੀ ਗੱਲ ਕੀਤੀ ਹੈ ਕਿ ਜਨਵਰੀ ਮਹੀਨੇ ਤੁਹਾਡਾ ਸਾਰਾ ਪੂਰਾ ਰਿਕਾਰਡ ਸਾਡੇ ਕੋਲ ਆ ਜਾਣਾ ਚਾਹੀਦਾ, ਹਰ ਸਾਲ ਤੁਹਾਨੂੰ ਇਹ ਰਿਕਾਰਡ ਜਿਹੜਾ ਉਹ ਦੇਣਾ ਪਏਗਾ। ਇਹ ਐਲਾਨ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਰਕਾਰ ਬਣਦਿਆਂ ਵੀ ਕੀਤਾ ਸੀਗਾ, ਉਦੋਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੇ ਐਫੀਡੇਵਿਟ ਲੈ ਕੇ ਘੁੰਮਦੇ ਰਹੇ ਕਿ ਅਸੀਂ ਜਮ੍ਹਾਂ ਕਿੱਥੇ ਕਰਾਈਏ। ਇਹ ਗੱਲ ਹੋਣ ਦੀ ਨਹੀਂ ਜੀ, ਇਹ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਬਣੀ ਸੀ 2002 ਵਾਲੀ, ਉਦੋਂ ਵੀ ਇਹਨਾਂ ਨੇ ਕਿਹਾ ਸੀ ਕਿ ਜਿਹੜੇ MLA ਅਤੇ ਮੰਤਰੀ ਆਪਣੀ ਜਾਇਦਾਦ ਜਿਹੜੀ ਆ ਉਹ ਜਨਤਕ ਕਰਨਗੇ, ਦੱਸਣਗੇ, ਸਰਕਾਰੀ ਤੌਰ 'ਤੇ ਵੀ ਦੱਸਣਗੇ। ਉਹਨਾਂ ਨੇ ਉਦੋਂ ਉਹ 5 ਸਾਲ ਨਿਕਲ ਗਏ ਜੀ, 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ, ਉਹਦੇ ਵਿੱਚ ਵੀ ਵਿਧਾਇਕਾਂ ਨੇ ਕੁਛ ਨਹੀਂ ਕੀਤਾ, ਆਹ ਹੁਣ ਦੀ ਸਰਕਾਰ ਦੇ ਵੀ 2 ਸਾਲ ਨਿਕਲ ਗਏ ਜਾਣਗੇ ਜੀ। ਇਹ ਸਾਰੀਆਂ ਗੱਲਾਂ ਹਜੇ ਗੱਲਾਂ ਬਾਤਾਂ ਦੇ ਵਿੱਚ ਹੀ ਤੱਕ ਰਹਿ ਗਈਆਂ, ਇਹਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਜਦਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ MLA ਦੀ ਚੋਣਾਂ ਤੋਂ ਪਹਿਲਾਂ ਜਾਇਦਾਦ ਕਿੰਨੀ ਸੀ ਜੀ, ਅਤੇ ਜੇ 5 ਸਾਲ ਬੀਤਦੇ ਜਾਂ ਹਰ ਸਾਲ ਉਹਦੀ ਜਾਇਦਾਦ ਜਿਹੜੀ ਆ ਉਹ 'ਚ ਵਾਧਾ ਹੁੰਦਾ ਅਤੇ ਕਿੱਦਾਂ ਵਾਧਾ ਹੁੰਦਾ ਅਤੇ ਉਹ ਕਿਹੜਾ ਕੰਮ ਕਰਨ ਲੱਗ ਪਿਆ। ਜਿਹੜਾ ਆਮ ਲੋਕਾਂ ਨੂੰ ਤਾਂ ਜਾਣੀ ਕਿ ਜਿਹੜੇ ਕਿਸਾਨ ਆ ਜੀ ਉਹ ਤਾਂ ਫਾਇਦੇ ਲੈਣ ਲਈ ਮਜਬੂਰ ਆ, ਅਤੇ ਦੂਜੇ ਜਿਹੜੇ ਵੱਡੇ ਲੀਡਰ ਹੈਗੇ ਆ ਉਹ ਦਿਨੋਂ ਦਿਨ ਉਹਨਾਂ ਦੀਆਂ ਕਾਰੋਬਾਰ ਵੱਧ ਰਿਹਾ, ਇਹ ਤਾਂ ਦੱਸਣਾ ਚਾਹੀਦਾ ਨਾ ਜੀ। ਅਸੀਂ ਕਈ ਵਾਰ ਪੱਤਰਕਾਰਾਂ ਦੇ ਤੌਰ 'ਤੇ ਵੀ ਇੱਕ ਸਵਾਲ ਕੀਤਾ ਬਾਦਲ ਸਾਹਿਬ ਨੂੰ ਵੀ ਜਿਹੜਾ ਫਾਰਮੂਲਾ ਤੁਹਾਡੇ ਕੋਲ ਆਮਦਨ ਵਧਾਉਣ ਦਾ ਜੀ ਉਹ ਪੰਜਾਬ ਦੇ ਕਿਸਾਨਾਂ ਨੂੰ ਵੀ ਦੱਸ ਦਿਓ। ਬਿਲਕੁਲ, ਪੱਤਰਕਾਰਾਂ ਦੀ ਤੁਸੀਂ ਗੱਲ ਕੀਤੀ, ਹੁਣ ਮੈਂ ਪੱਤਰਕਾਰਾਂ ਦੀ ਵੀ ਗੱਲ ਕਰ ਦਿੰਦਾ, ਪੱਤਰਕਾਰਾਂ ਲਈ ਵੀ ਚੰਗਾ ਸੁਨੇਹਾ ਜਿਹੜਾ ਉਹ ਤੁਹਾਨੂੰ ਵੀ ਮੁਬਾਰਕ ਹੋਵੇ ਕਿ ਪੈਨਸ਼ਨ ਲਾਉਣ ਦੀ ਗੱਲ ਕਰਤੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਪਰ ਸ਼ਰਤਾਂ ਬੜੀਆਂ ਤਕੜੀਆਂ ਰੱਖੀਆਂ ਨੇ ਕਿ 20 ਸਾਲ ਰੈਕੋਗਨਾਈਜ਼ਡ ਜਿਹੜਾ ਪੱਤਰਕਾਰ ਹੋਏਗਾ ਔਰ 60 ਸਾਲ ਤੋਂ ਉੱਪਰ ਜ਼ਿਆਦਾ ਉਮਰ ਹੋਏਗੀ, 20 ਸਾਲ ਉਹਨੇ ਕੰਮ ਕੀਤਾ ਹੋਵੇ ਰੈਕੋਗਨਾਈਜ਼ਡ ਤੌਰ 'ਤੇ, ਅਤੇ ਫਿਰ ਉਹਨੂੰ ਜਾ ਕੇ 12,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਲਾ ਦਿੱਤੀ ਜਾਏਗੀ। ਦੇਖੋ ਜਿਹੜੀਆਂ ਸ਼ਰਤਾਂ ਲਾਉਣ ਦਾ ਮਤਲਬ ਇਹ ਆ ਵੀ ਤੁਸੀਂ ਕਿਸੇ ਨੂੰ ਕੁਛ ਦੇਣਾ ਹੀ ਨਹੀਂ ਜੀ, ਬਹੁਤ ਸਾਰੀਆਂ ਸ਼ਰਤਾਂ ਕੋਈ ਜੋ ਹੁੰਦਾ ਬੰਦਾ ਨਹੀਂ ਪੂਰੀਆਂ ਕਰ ਸਕਦਾ। ਇਹ ਵੀ ਨਹੀਂ ਹੈਗਾ ਕਿ ਤੁਸੀਂ 20 ਸਾਲ ਰਿਕੋਗਨਾਈਜ਼ ਹੋਵੋਗੇ ਜੀ, ਉਹ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਹੁੰਦਾ, ਪਰ ਇਹ ਫੈਸਲਾ ਚੰਗਾ ਹੈਗਾ।
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਜਿਹੜਾ ਇਹ ਰੀਪ੍ਰਜੈਂਟ ਉਹਨੂੰ ਦਿੱਤਾ ਹੈਗਾ ਜੀ, ਉਹ ਵਧੀਆ ਹੈਗਾ। ਜਿਹੜੀਆਂ ਮੰਗਾਂ ਪੱਤਰ ਦੇਖੋ, ਫੀਲਡ ਦੇ ਪੱਤਰਕਾਰ ਖਾਸ ਕਰਕੇ ਉਹ ਜਾਨ ਜੋਖਮ 'ਤੇ ਪਾ ਕੇ ਕੰਮ ਕਰਦੇ। ਇਹ ਇੱਦਾਂ ਦਾ ਕਿੱਤਾ ਹੈਗਾ ਜਿਹਦੇ ਵਿੱਚ ਤੁਸੀਂ ਹੋਰ ਬਦਲਵਾਂ ਕੰਮ ਨਹੀਂ ਕਰ ਸਕਦੇ। ਜਦੋਂ ਇੱਕ ਐਸਾ ਦੋਨਾਂ ਪਾਰਟੀਆਂ ਨੇ ਚੋਣ ਵਾਅਦੇ ਕੀਤੇ ਸੀਗੇ ਕਿ ਮੀਡੀਆ ਪਾਲਿਸੀ ਬਣਾਵਾਂਗੇ, ਹੁਣ ਜਿਹੜੀ ਪਾਰਟੀ ਸੱਤਾ 'ਚ ਆਈ ਉਹਦਾ ਤਾਂ ਇਹ ਫਰਜ਼ ਬਣਦਾ ਕਿ ਉਹ ਬਣਾਵੇ। ਬਿਲਕੁਲ। ਤੇ ਹਰਿਆਣੇ ਦੇ ਪੈਟਰਨ ਤੇ ਮੰਗ ਰਹੇ ਆ ਪੱਤਰਕਾਰ, ਪਰ ਉਹ ਜਿੱਦਾਂ ਦੇ ਇਹਨਾਂ ਨੇ ਸ਼ਰਤਾਂ ਰੱਖੀਆਂ ਉਹ ਥੋੜ੍ਹਾ ਜਿਹਾ ਔਖੀਆਂ ਹੈਗੀਆਂ। ਜਦਕਿ ਸਰਕਾਰ ਨੂੰ ਚਾਹੀਦਾ ਕਿ ਜੇ ਸੱਚਮੁੱਚ ਹੀ ਉਹ ਸਿਹਰਦੇ ਹੈਗੀ ਮੀਡੀਆ ਪ੍ਰਤੀ ਕੁਛ ਮਦਦ ਕਰਨਾ ਚਾਹੁੰਦੀ ਹੈ, ਤਾਂ ਉਹ ਸ਼ਰਤਾਂ ਨਰਮ ਵੀ ਕੀਤੀਆਂ ਜਾ ਸਕਦੀਆਂ, ਸ਼ਰਤਾਂ ਨਰਮ ਕੀਤੀਆਂ ਜਾ ਸਕਦੀਆਂ। ਘੱਟੋ ਘੱਟ ਬਹੁਤ ਸਾਰੇ ਫੈਸਲੇ ਇਹੋ ਜਿਹੇ ਲੈ ਗਏ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਨ੍ਹਾਂ ਤੋਂ ਸੰਭਾਵਨਾਵਾਂ ਸਾਫ਼ ਨਜ਼ਰ ਆ ਰਹੀਆਂ ਨੇ ਕਿ 2019 ਨੂੰ ਦੇਖਦਿਆਂ ਹੋਇਆਂ ਹੀ ਹੁਣ ਫੈਸਲੇ ਲੈ ਜਾ ਰਹੇ ਨੇ। ਅਤੇ ਬਜਟ ਸੈਸ਼ਨ 12 ਤਰੀਕ ਤੋਂ ਸ਼ੁਰੂ ਹੋ ਜਾਏਗਾ, ਸੋ ਉਸ ਬਜਟ ਇਜਲਾਸ ਦੇ ਵਿੱਚ ਜਿਹੜਾ ਬਜਟ ਆਏਗਾ ਪੰਜਾਬ ਦੇ ਲਈ, ਉਹਦੇ ਵਿੱਚ ਵੀ ਪੂਰੀ ਪੂਰੀ ਸੰਭਾਵਨਾ ਆ ਕਿ ਪੰਜਾਬ ਦੇ ਲੋਕਾਂ ਨੂੰ ਖੁੱਲ੍ਹੇ ਗੱਫੇ ਵੰਡਣ ਦਾ ਐਲਾਨ ਕੀਤਾ ਜਾਏਗਾ ਉਸ ਬਜਟ ਦੇ ਮੁਤਾਬਕ। ਕਿਉਂਕਿ ਮਨਪ੍ਰੀਤ ਬਾਦਲ ਦਾ ਇਹ ਕਹਿਣਾ ਕਿ ਹੁਣ ਖਜ਼ਾਨਾ ਖਾਸਾ ਭਰ ਗਿਆ ਆ ਅਤੇ ਹੁਣ ਕੋਈ ਨਿਰਾਸ਼ ਨਹੀਂ ਹੋਏਗਾ, ਸਪਸ਼ਟ ਤੌਰ 'ਤੇ ਦੱਸਦਾ ਹੈ ਕਿ ਘੱਟੋ ਘੱਟ 2019 ਦੇ ਲਈ ਪੰਜਾਬ ਦੇ ਲੋਕਾਂ ਲਈ ਥੋੜ੍ਹਾ ਜਿਹਾ ਸੁਖਾਵਾਂ ਬਜਟ ਜ਼ਰੂਰ ਆ ਸਕਦਾ। 20 ਦੇ ਵਿੱਚ ਕਿਹੋ ਜਿਹੀਆਂ ਪਰਿਸਥਿਤੀਆਂ ਬਣਦੀਆਂ ਨੇ ਉਹ ਆਉਣ ਵਾਲਾ ਸਮਾਂ ਦੱਸੇਗਾ। ਅਗਲੀ ਖਬਰ ਦੇ ਉੱਤੇ ਝਾਤ ਜ਼ਰੂਰ ਪਾ ਲੈਂਦੇ ਹਾਂ। ਨੌਲੀ ਸਾਹਿਬ, ਸਾਡੇ ਮੁਲਕ ਦੇ ਵਿੱਚ ਸਿਆਸਤ ਦੀ ਜਦੋਂ ਗੱਲ ਕਰਦੇ ਹਾਂ ਤਾਂ ਪਾਰਟੀਆਂ ਦੀ ਸਿਆਸਤ ਹੈ, ਇੱਕ ਧਰਮ ਦੀ ਸਿਆਸਤ ਹੈ, ਇੱਕ ਜਦੋਂ ਅਸੀਂ ਸਹੀ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਮੁੱਦਿਆਂ ਦੀ ਸਿਆਸਤ ਵੀ ਨੈਤਿਕਤਾ ਦੇ ਆਧਾਰ 'ਤੇ ਜਿਹੜੀ ਕੀਤੀ ਜਾਂਦੀ ਉਹ ਵੀ ਸਿਆਸਤ ਪਈ ਹੈ। ਪਰ ਇਸ ਵੇਲੇ ਸਾਡੇ ਭਾਰਤ ਦੇ ਵਿੱਚ ਇੱਕ ਰੁਝਾਨ ਬੁੱਤਾਂ ਦੀ ਸਿਆਸਤ ਕਰਨ ਦਾ ਜਿਹੜਾ ਪਿਆ ਆ, ਉਸ ਬੁੱਤਾਂ ਦੀ ਸਿਆਸਤ ਨੇ ਆਰਥਿਕ ਤੌਰ 'ਤੇ ਵੀ ਮੁਲਕ ਨੂੰ ਨੁਕਸਾਨ ਪਹੁੰਚਾਇਆ, ਸਮਾਜਿਕ ਤੌਰ 'ਤੇ ਵੀ, ਰਾਜਨੀਤਿਕ ਤੌਰ 'ਤੇ ਵੀ, ਅਤੇ ਵਿਸ਼ਵ ਦੇ ਵਿੱਚ ਵੀ ਛਵੀ ਜਿਹੜੀ ਕੋਈ ਬਹੁਤ ਵਧੀਆ ਨਹੀਂ ਜਾਂਦੀ। ਹੁਣ ਬੁੱਤਾਂ ਦੀ ਗੱਲ ਕਰ ਲਈਏ, ਇਹ ਖਬਰ ਆ ਰਹੀ ਹੈ ਕਿ ਸੁਪਰੀਮ ਕੋਰਟ ਨੇ ਇਹ ਨਿਰਦੇਸ਼ ਦੇ ਦਿੱਤੇ, ਇੱਕ ਫੈਸਲਾ ਸੁਣਾਤਾ ਕਿ ਮਾਇਆਵਤੀ ਹੋਰਾਂ ਨੇ ਮੁੱਖ ਮੰਤਰੀ ਹੁੰਦਿਆਂ ਜਿਹੜੇ ਸਮਾਰਕ ਬਣਾਏ ਸੀਗੇ ਯੂਪੀ ਦੇ ਵਿੱਚ, ਉਹਨਾਂ ਦੇ ਉੱਤੇ ਬੁੱਤ ਬਣਾ ਕੇ ਜਿਹੜਾ ਖਰਚਾ ਕੀਤਾ ਗਿਆ ਸੀ ਉਹਨਾਂ ਬੁੱਤਾਂ ਦੇ ਵਿੱਚ, ਖਾਸ ਤੌਰ 'ਤੇ ਮਾਇਆਵਤੀ ਦੇ ਆਪਣੇ ਬੁੱਤ ਅਤੇ ਨਾਲ ਦੀ ਨਾਲ ਹਾਥੀਆਂ ਦੇ ਜਿਹੜੇ ਬੁੱਤ ਸੀਗੇ, ਉਹਦੇ ਚੋਣ ਨਿਸ਼ਾਨ ਦੇ ਬੁੱਤ ਜਿਹੜੇ ਸੀਗੇ, ਉਹਨਾਂ ਦਾ ਖਰਚਾ ਲਗਭਗ 650 ਕਰੋੜ ਰੁਪਈਆ ਬਣਦਾ। ਉਹ ਕਹਿੰਦੇ ਆਪਣੇ ਖਾਤੇ 'ਚ ਜਮ੍ਹਾਂ ਕਰਾਉਣ ਸਰਕਾਰੀ ਖਜ਼ਾਨੇ 'ਚ। ਜੀ ਦੇਖੋ, ਬੁੱਤਾਂ ਦੀ ਤਾਂ ਹੁਣ ਜਿਹੜੇ ਤੁਸੀਂ ਦੇਖੋ, ਆਹ ਵੀ ਜਿਹੜੀ ਸਰਕਾਰ ਹੁਣ ਬਣੀ ਹੈ ਮੋਦੀ ਦੀ ਜੀ, ਇਹਦੇ ਵਿੱਚ ਵੀ ਜਿਹੜਾ ਬੁੱਤਾਂ ਦਾ ਮੁੱਦਾ ਹੈਗਾ ਕੇਂਦਰੀ ਬਿੰਦੂ ਦੇ ਵਿੱਚ ਰਿਹਾ ਹੈ ਜੀ। ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਬੁੱਤ ਹੁਣ ਜੀ ਉਹ ਸਰਦਾਰ ਵੱਲਭ ਪਟੇਲ ਜੀ, 3000 ਕਰੋੜ ਰੁਪਈਆ ਜੀ ਉੱਥੇ ਖਰਚਿਆ ਗਿਆ, ਅਤੇ ਕਿੰਨਾ ਜਾਣੀ ਕਿ ਆਲੇ ਦੁਆਲੇ ਦਾ ਇਲਾਕਾ ਜਿਹੜਾ ਉੱਥੋਂ ਉਜਾੜ ਦਿੱਤਾ ਗਿਆ, ਉੱਥੇ ਲੋਕਾਂ ਦੀਆਂ ਕੀ ਹਾਲਾਤ ਨੇ ਉਹਨਾਂ ਦੇ, ਉਹ ਦੇਖਣੇ ਜ਼ਰੂਰੀ ਹੈ ਜੀ ਕਿ 3000 ਕਰੋੜ ਦੇ ਨਾਲ ਤੁਸੀਂ ਕਿੰਨੇ ਹਸਪਤਾਲ, ਕਿੰਨੇ ਸਕੂਲ ਬਣਾ ਸਕਦੇ ਸੀ, ਅਤੇ ਲੋਕਾਂ ਜਿਉਂਦੇ ਜੰਗ ਦੇ ਲੋਕਾਂ ਦਾ ਜੀਵਨ ਪੱਧਰ ਜਿਹੜਾ ਉਹ ਬਦਲ ਸਕਦੇ ਸੀ ਜੀ। ਅੱਛਾ, ਹਜੇ ਵੀ ਬਸ ਨਹੀਂ ਹੋਈ। ਹੁਣ ਉਹ ਜਿਹੜੇ ਮੁੱਖ ਮੰਤਰੀ ਆ ਉੱਤਰ ਪ੍ਰਦੇਸ਼ ਦੇ ਜੀ, ਉਹ ਕਹਿ ਰਿਹਾ ਕਿ ਅਸੀਂ ਸ਼੍ਰੀ ਰਾਮ ਚੰਦਰ ਭਗਵਾਨ ਦਾ ਜਾਣੀ ਕਿ ਬੁੱਤ ਜਿਹੜਾ ਇਦੂ ਵੀ ਵੱਡਾ ਲਾਉਣਾ ਹੈਗਾ ਅਯੋਧਿਆ ਦੇ ਵਿੱਚ। ਫਿਰ ਇੱਕ ਸ਼ਿਵਾਜੀ ਮਰਾਠਾ ਦਾ ਉਹਨਾਂ ਦਾ ਪਾਰਕ ਸਮਾਰਕ ਬਣ ਰਿਹਾ, ਉਹਨਾਂ ਦਾ ਸਮਾਰਕ ਬਣ ਰਿਹਾ, ਲਗਭਗ 2500 ਕਰੋੜ ਉਹਦੇ 'ਤੇ ਵੀ ਕਹਿੰਦੇ ਖਰਚਣਾ। ਤੁਸੀਂ ਦੇਖੋ ਵੀ ਪੱਥਰਾਂ ਦੇ ਉੱਪਰ ਤੁਸੀਂ ਜਿਹੜੀ ਰਾਜਨੀਤੀ ਕਰਨਾ, ਲੋਕਾਂ ਦੀ ਸੋਚ ਨੂੰ, ਲੋਕਾਂ ਦੇ ਜੀਵਨ ਪੱਧਰ ਨੂੰ ਚੁੱਕਣ ਦੀ ਲੋੜ ਹੈਗੀ, ਨਾ ਕਿ ਤੁਸੀਂ ਬੁੱਤਾਂ ਦੇ ਉੱਪਰ ਜਿਹੜੀ ਖਰਚ ਕਰ ਰਹੇ ਹੋ। ਹਾਲਾਂਕਿ ਉੱਥੇ ਮਾਇਆਵਤੀ ਨੇ ਵੀ ਜਿਹੜਾ ਕੰਮ ਕੀਤਾ, ਜੇ ਉਹ ਬੁੱਤਾਂ ਦੇ ਉੱਤੇ ਖਰਚੇ ਆ ਪੈਸੇ ਜੀ ਪਰਸਨਲ ਆਪਣੇ ਖਾਸ ਕਰਕੇ, ਕਿਉਂਕਿ ਜੇ ਉਹਨਾਂ ਨੇ ਡਾਕਟਰ ਅੰਬੇਦਕਰ ਜੀ ਦੇ ਬਣਾਏ ਜਾਂ ਕਾਂਸ਼ੀ ਰਾਮ ਜੀ ਦੇ ਬਣਾਏ, ਉਹ ਤਾਂ ਵੱਡੇ ਦੇਸ਼ ਦੇ ਲੀਡਰ ਸੀਗੇ ਜੀ, ਉਹ ਲੋਕਾਂ ਦੇ ਮਨਾਂ 'ਚ ਰਹਿਣੇ ਆ, ਬਿਲਕੁਲ ਉਹਨਾਂ ਦੀਆਂ ਸਮਾਰਕਾਂ ਬਣਨੀਆਂ ਵੀ ਚਾਹੀਦੀਆਂ। ਪਰ ਜੇ ਤੁਸੀਂ ਉਹਨੂੰ ਰਾਜਨੀਤਿਕ ਤੌਰ 'ਤੇ ਉਹਨਾਂ ਨੇ ਵੀ ਵਰਤਿਆ, ਉਹ ਵੀ ਮਾੜੀ ਗੱਲ ਜੀ। ਹਾਲਾਂਕਿ ਉੱਥੇ ਜਿਹੜੇ ਦਲਿਤ ਭਾਈਚਾਰਾ ਹੈਗਾ, ਤੁਸੀਂ ਉਹਨਾਂ ਦੇ ਸਕੂਲਾਂ ਨੂੰ, ਉਹਨਾਂ ਦੇ ਘਰਾਂ ਨੂੰ, ਉਹਨਾਂ ਦੀਆਂ ਸਿਹਤ ਸਹੂਲਤਾਂ ਵੱਲ ਧਿਆਨ ਦਿੰਦੇ ਜੀ, ਅਤੇ ਉਹ ਜ਼ਿਆਦਾ ਵਧੀਆ ਰਹਿਣਾ ਸੀ, ਬਜਾਏ ਤੁਸੀਂ ਹਾਥੀਆਂ ਦੀਆਂ ਪੱਥਰਾਂ ਦੀਆਂ ਡਾਰਾਂ ਖੜੀਆਂ ਕਰਨ ਜੀ। ਬਿਲਕੁਲ, ਕੁੰਭ ਲਈ ਵੀ ਚਲੋ ਧਾਰਮਿਕ ਮਸਲੇ ਨੇ, ਧਾਰਮਿਕ ਰੋਹ ਰੀਤਾਂ ਪੂਰੀਆਂ ਕਰਨ ਲਈ ਸਾਡਾ ਕਿਉਂਕਿ ਸਿਸਟਮ ਇਹੋ ਜਿਹਾ ਬਣ ਚੁੱਕਾ ਆ, ਭਾਰਤ ਧਰਮ ਨੂੰ ਮੋਹਰੇ ਰੱਖ ਕੇ ਚੱਲਦਾ ਆ, ਸਿਆਸਤ ਵੀ ਧਰਮ ਨੂੰ ਮੋਹਰੇ ਰੱਖ ਕੇ ਚੱਲਦੀ ਆ। ਤੁਸੀਂ ਜੇ ਕੁੰਭ ਲਈ ਦੇਣਾ ਆ ਉਹ ਰਕਮ ਜਾਰੀ ਕਰ ਦਿਓ, ਠੀਕ ਹੈ, ਤੁਹਾਡੇ ਕੋਲ ਹੈ ਇਹਨਾਂ ਕੋਲ ਪੈਸਾ, ਸਰਮਾਇਆ ਹੈ ਸਰਕਾਰ ਦੇ ਕੋਲ, ਤਾਂ ਉਹ ਦਿੱਤਾ ਜਾ ਸਕਦਾ ਆ।
पर जदों गोरखपुर दे विच बच्चों नूं ऑक्सीजन की लोड़ सी हस्पताल दे विच ते उहदे बिल तारन लई सरकार दे कोल पैसा है नहीं सी उत्थे ऑक्सीजन ना होण दा करके बच्चों की मौत हो गई। पर इदां दीआं चीज़ां दे लई पैसे खर्चन करन लई मोटा सरमाया सरकारां दे कोल हैगा ते भोरा हील हुज्जत वी सरकारां नहीं करदियां। पहली गल तां देखो देश दे लोक वड्डे हुंदे जी, देश दे लोकां दीआं लोड़ां वड्डियां हुंदियां, तुहानूं पहलां उहनां वल देख के करना चाहीदा। बाकी जिहड़े आ धार्मिक रीति रिवाजां वी आ उह बाद च वी असीं कर सकदे आ, उहनूं घटा वी सकदे आ। जरूरी नहीं वी असीं उहनां ते वधाउणा जां इन्ने वड्डे वड्डे रकमां खर्च करनियां। जिउंदे जागदे लोकां दी हालत नूं सुधारना हर सरकार दा पहला जिहड़ा फर्ज बणदा ते संविधान दे विच वी हैगा ते असीं जिउण दा जिहड़ा अधिकार मिलिया होया सानूं जी उहदी जिहड़ी असीं रक्षा करनी ते उह मुहैया करवाउणा तां कि लोकां नूं चंगा जीवन मिल सके, वो साफ पानी साफ हवा ते साफ सुथरी खुराक जिहड़ी आ उह सरकारां नूं मुहैया करवाउणा उहनां दा मुढ़ला फर्ज बणदा। बिल्कुल पर हो जिहड़ा इहदू उल्ट रिहा, जिहड़ी गल तुसीं ऑक्सीजन दी कीती सी वे ऑक्सीजन के सिलेंडरों की घाट कारण बच्चे तो मर गए सैकड़े जी, पर कुंभ के उत्ते जिहड़ा 4000 करोड़ तो भी ज़्यादा जिहड़ा पैसा वो खर्चा, क्योंकि सियासी ऑक्सीजन उत्थों मिलनी है। बिल्कुल चोणां आने वाली 2019 दी और सियासी ऑक्सीजन जिहड़ी उत्थों मिलनी है। लीडरां नूं सियासी पार्टियां नूं अपनी ऑक्सीजन की चिंता तो हैगी, पर लोगों को जिहड़ी ऑक्सीजन मिलनी है जिथे जिंदगी मिलती है ऑक्सीजन के नाल, उन्हां दी चिंता बिल्कुल नहीं हैगी। इहदे विच कोई शक नहीं कि असी इस गल की हमायत नहीं करते जे मायावती होरां ने अपने बुत्तां ते पैसा फालतू च खर्चा आ, अपने चोण चिन्हां दे उत्ते फालतू च पैसा खर्चा आ सरकारी खजाने चों, ते उह सरमाया वापस सरकारी खजाने दे विच आउणा चाहीदा आ। पर बुत्तां दी सियासत करन दे विच कोई भी पार्टी पिछे नहीं आ, कल्ली बसपा नहीं है, बाकी पार्टियां का भी यही हाल है। तो मौजूदा केंद्रीय सत्ता दे विच जिहड़ी बैठी पार्टी है उहदी सियासत तां ला पा के घूमदी ही बुत्तां दे दुआले आ। जे किते बुलेट ट्रेन चलाउणी आ ते उहदे लई असीं जापान तों कर्जा लैंदे आ, ते जे मुल्क च बुत्त बनाउणा आ ते फिर साडे कोल पैसे जिहड़े आ उह बड़े छेती निकल आउंदे ने। इह साडी इस वेले मौजूदा सियासत दीआं परिस्थितियां ने। नाल दी नाल आपां जे राष्ट्रीय पद्धर ते गल करदे पए आ सियासत दी, ते राफेल दी वी गल कर लैंदे आ, क्योंकि एक अखबार ने, अंग्रेज़ी अखबार ने एक बकायदा डॉक्यूमेंट छापिया आ जिहदे विच एक रक्षा कमेटी जिहड़ी आ, अक्सर जदों इह रक्षा समझौते हुंदे आ कोई हथियार खरीदने आ ते उहदे विच जिहड़े भाव करना हुंदा आ किसे दूसरे मुल्क दे नाल दूसरी किसे कंपनी दे नाल, ते उह भाव करन दे विच उह मोहरी हुंदी आ, ते उहनां दी कमेटी दे मैंबरां ने इह एक उह एफीडेविट निकल के सामने आया, एक डॉक्यूमेंट निकल के सामने आया जिहदे विच उह इह कहिंदे आ कि भाई सानूं तां पुछा ही नहीं जा रहा भाव तोल करन दे लई, जिहड़ा PMO ऑफिस आ उह अपने पद्धर ते जिहड़ा आ उह डसॉल्ट नाल समझौते करदा पिया, उह कहिंदे जे साडी सलाह दी नहीं लोड़ ते PMO अपनी एक वक्री कमेटी बना लवे। ते जिहदे नाल राहुल गांधी जिहड़ा कहिंदा हुंदा सीगा कि चौकीदार चोर है, इह कहा जा रहा कि इस वेले उहदी उस कई गल नूं बल मिलदा पिया उस डॉक्यूमेंट दे नाल। बिल्कुल गल ठीक है जी। यो देखो जदों ये हुण विवाद इन्ना ज़्यादा पक्या हैगा, हुण देश का जिहड़ा 125 करोड़ तो वध आबादी के लोग आ उन्हां दे मनां दे विच ये गल आ गई है कि आखिर कितने तां जाने कि जिहड़ा वो कपड़ा होया हैगा जी। ये कहिंदे वी असीं कीमत दस नहीं सकते, दसो कीमत दसण दे नाल कि जहाज़ की जिहड़ी समर्था आ उह घट जाऊंगी जी, जां उह कीमत दसण दे नाल जिहड़ा हैगा वी फौज की ताकत कितना घट सकती जी, जां उहदी कीमत दसण दे नाल जिहड़े साडे जिन्हां नूं मंदे दुश्मन देश आ उहनां नूं की फायदा हो सकदा। नहीं, उह कहिंदे जे असीं कीमत दस दी तां फिर उहनां नूं पता लग जाणा कि इहदे विच किहड़े किहड़े इक्विपमेंट्स ने, किहड़े किहड़े हथियार ने लगे, हो सकदे कि जे इन्नी कीमत आ ते इन्ना कुछ समान इहदे विच लगा होएगा। नहीं देखो उह तां इहनां ने आप लाउणा इत्थे, उह उहनां नूं कंपनी नूं नहीं दस्सिया, इन्हां ने जिहड़ी फ्रांस की कह हैगी आ जिथों डसॉल्ट तों खरीदे जी, उन्होंने कहा भी वो जो समान फिट करने वाला साड़ा हैगा अंदरला जो भी साजो समान यंत्र लाने वो कितने लाने किदां लाने किन्ने लाने वो भारत सरकार ने अपने कोल रख्या हुआ, वो इन्होंने आप फैसला करना, वो नहीं दस्या जाने कि ओपन दसना भी नहीं चाहिए जी। पर टोटल कीमत जिहड़ी 1000 करोड़ रुपया वधा के हुण दसी जा रही है जी, उहदे ते शंका हैगी आ लोकां नूं, ते 30000 करोड़ दे जिहड़े दोष लग रहे आ वे 30000 करोड़ दा अंबानियां नूं फायदा पहुँचाया जा रहा, वो तो लोग जानना चाहते ना जी। इस करके कहा जा भी जो चौकीदार अपने आप को कहता वे वो हुण दसे
नहीं तो लोगों तो चोर समझना ही है उस राहुल गांधी के जिहड़े बयान के उत्ते तंज कसे जा रहे सीगे मुल्क भर दे दे विच ते राहुल गांधी ने खुद कहा कि मेरे इस बयान नूं जिहड़ा आ उह मजाक दे तौर ते लिया जांदा सी ते हुण इह डॉक्यूमेंट दसदे ने कि किते ना किते उन्हां इल्जामां दे विच दम है। फिलहाल इस मामले नूं लैके आने वाले दिनों दे विच होर सियासत गरमाएगी क्योंकि 2019 दे विच राफेल का मामला भी सिखरां ते रहण की पूरी पूरी संभावना आ। 2014 दे विच 2G स्पैक्ट्रम नूं लैके भाजपा ने कांग्रेस नूं भंडिया सीगा ते सत्ता हासिल कीती सी बिल्कुल उस तर्ज ते हुण कांग्रेस कोशिश करेगी कि राफेल नूं मुद्दा बना के जिहड़ा उह भाजपा नूं किनारे ते करके अपनी सरकार जिहड़ी आ उह बनाई जावे। फिलहाल समा होर इजाजत नहीं दे रहा नौली साहब, बहुत बहुत शुक्रिया गलबात करन लई। जसवीर नूं भी इजाजत दिओ, फिर मुलाकात होएगी, तद तक लई देखदे रहो TV पंजाब।